ਸਿੱਖ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਰਨਵੀਰ ਸਿੰਘ ਤੁਹਾਡਾ ਸਾਡੇ ਪ੍ਰੋਗਰਾਮ ਵੱਡਾ ਪਰਦਾ ਵਿੱਚ ਨਿੱਘਾ ਸਵਾਗਤ ਕਰਦਾ। ਜਿਵੇਂ ਕਿ ਤੁਹਾਨੂੰ ਪਤਾ ਅੱਜ ਹੈਗਾ ਜੀ ਫਰਾਈਡੇ ਅਤੇ ਰਿਲੀਜ਼ ਹੋ ਰਹੀਆਂ ਨੇ ਨਵੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ। ਜੇਕਰ ਹਿੰਦੀ ਫਿਲਮ ਦੀ ਗੱਲ ਕਰੀਏ ਤਾਂ ਉਸ ਵਿੱਚ ਆ ਰਹੀ ਹੈ ਦਿਲਜੀਤ ਦੁਸਾਂਝ ਦੀ ਸੂਰਮਾ ਅਤੇ ਪੰਜਾਬੀ ਵਿੱਚ ਬਿਨੂ ਢਿੱਲੋਂ ਦੀ ਕਮੇਡੀ ਮੂਵੀ ਵਧਾਈਆਂ ਜੀ ਵਧਾਈਆਂ। ਬਰਾਤ ਦਾ ਨੀ ਪਤਾ ਲੱਗਣਾ ਕਿੱਧਰ ਗਈ ਹੈ। ਸਹੀ ਗੱਲ ਹੈ, ਇੱਕ ਤਾਂ ਭਰਾਵਾ ਤੂੰ ਹੈ ਅੰਨਾ, ਉੱਤੋਂ ਅਗਲਾ ਨੇ ਕੁੱਟਣਾ ਵੀ ਆਪਾਂ ਨੂੰ ਅੰਨੇ ਵਾਹੀ ਹੈ। ਸੁਖੀ ਇਕੱਠੇ ਰਹੋ ਯਾਰ, ਚੱਲ ਮੁਸਕਾਨ ਆ ਜਾਂਦੀ ਹੈ। ਉਹ ਕਿਹੜਾ ਪੰਜਾਬੀ ਨਹੀਂ ਜਿਹੜਾ ਉਹਨਾਂ ਦੀ ਕਮੇਡੀ ਤੋਂ ਵਾਕਫ ਨਾ ਹੋਵੇ, ਤੇ ਉਹ ਸਾਡੇ ਲਈ ਅੱਜ ਲੈ ਕੇ ਆ ਰਹੇ ਨੇ ਨਵੀਂ ਫਿਲਮ ਵਧਾਈਆਂ ਜੀ ਵਧਾਈਆਂ। ਵੀ ਕਿਹੋ ਜਿਹਾ ਮੁੰਡਾ ਜੰਮੀਏ ਜਿਹਦੀ ਦਿਨ ਰਾਤ ਦੱਬ ਕੇ ਬੇਇੱਜ਼ਤੀ ਕਰੀਏ। ਜੇ ਇੰਨੀ ਮਿਹਨਤ ਮੇਰੇ ਵਿਆਹ ਤੇ ਕੀਤੀ ਹੁੰਦੀ, ਹੁਣ ਮੈਂ ਜਵਾਕ ਜੱਲੇ ਵਾਲਾ ਹੁੰਦਾ। ਸਭ ਤੋਂ ਸਿਆਣੀ ਛੰਦੇ ਹੁਸਨਾ ਤੇ ਇੱਕ ਦੋ ਸੁਣਾਈ ਮੁੰਡੇ ਆਵੇ ਬੋਲਿਆਂ ਦੇ ਨਾਤੇ। ਇਸ ਤੋਂ ਪਹਿਲਾਂ ਵੀ ਬੇਨੂ ਢਿੱਲੋਂ ਅਤੇ ਕਰਮਜੀਤ ਅਨਮੋਲ ਦੀ ਜੋੜੀ ਨੇ ਬੇਖਬਰਾਤਾਂ ਚੱਲੀਆਂ ਦੇ ਵਿੱਚ ਦਰਸ਼ਕਾਂ ਨੂੰ ਖੂਬ ਹਸਾਇਆ ਸੀ। ਉਸ ਫਿਲਮ ਦੇ ਵਿੱਚ ਵੀ ਪੇਂਡੂ ਸਮਾਜ ਦੀ ਉਸ ਕਹਾਣੀ ਨੂੰ ਬਿਆਨ ਕੀਤਾ ਗਿਆ ਕਿ ਕਿੰਝ ਵਿਆਹ ਦੇ ਲਈ ਲੋਕ ਵਹਿਮ ਭਰਮ ਕਰਦੇ ਨੇ ਅਤੇ ਕੁੰਡਲੀਆਂ ਵੀ ਮਿਲਵਾਉਂਦੇ ਨੇ, ਅਤੇ ਇਸ ਵਾਰ ਦੀ ਫਿਲਮ ਵੀ ਥੋੜ੍ਹੀ ਜਿਹੀ ਉਸ ਨਾਲ ਸੇਮ ਹੀ ਲੱਗ ਰਹੀ ਹੈ ਕਿਉਂਕਿ ਇਸ ਵਿੱਚ ਵੀ ਇੱਕ ਵਿਆਹ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ। ਮੁੰਨੀ ਤੋਂ ਵੱਧ ਬਦਨਾਮ ਹੈ ਤੂੰ ਇਸ ਇਲਾਕੇ 'ਚ, ਤੈਨੂੰ ਕੁੜੀ ਕਿਹਨੇ ਦੇਣੀ ਹੈ? ਚੱਲ ਪਿਆ ਵਾਰਾ ਕਰਦਾ ਕੋਲ, ਉਹ ਆਪ ਤਾਂ ਛੱਡਿਆ ਉਹਨਾਂ ਨਾਲ ਫਿਰੇਗਾ, ਤੈਨੂੰ ਵੀ ਕਿਸੇ ਨੇ ਕੁੜੀ ਨਹੀਂ ਦੇਣੀ। ਤੁਸੀਂ ਕੁੜੀ ਲੱਭ ਕੇ ਦੋ ਯਾਰ ਦੋਸਤਾ, ਕੀ ਮੈਂ ਤਾਂ ਮਾਂ ਬਾਪ ਵੀ ਛੱਡੂ ਵੀ ਇਹੋ ਜਿਹੇ ਜੰਗਲਾਂ 'ਚ ਜਿੱਥੋਂ ਮੁੜ ਕੇ ਵਾਪਸ ਨਾ ਆ ਸਕਦਾ। ਦੂਜੇ ਸਿੱਖ ਲੈ ਟਿਕਾਣੇ ਤੀਰ ਮਾਰਨੇ ਹੋ ਚੁੱਪ ਫਿਲਮ ਨੂੰ ਡਾਇਰੈਕਟ ਕੀਤਾ ਜੀ ਸਮੀਪ ਕੰਗ, ਉਹਨਾਂ ਨੇ ਕਰਮਜੀਤ ਅਨਮੋਲ, ਬੀਨੂ ਢਿੱਲੋਂ ਅਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਫਿਲਮ ਦੇ ਵਿੱਚ ਜਸਵਿੰਦਰ ਪੱਲਾ, ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ ਅਤੇ ਉਪਾਸਨਾ ਸਿੰਘ ਨੇ ਵੀ ਦਰਸ਼ਕਾਂ ਨੂੰ ਹਸਾਉਣ ਵਿੱਚ ਪੂਰਾ ਜ਼ੋਰ ਲਗਾਇਆ ਹੋਇਆ। ਜੇਕਰ ਫਿਲਮ ਦੀ ਸ਼ੂਟਿੰਗ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਇਸ ਦੇ ਨਾਲ ਤੇਲ ਦੇ ਪਿੰਡਾਂ ਵਿੱਚ ਹੀ ਕੀਤੀ ਗਈ ਹੈ। ਸ਼ੁਕਰ ਕਰੋ ਅਸੀਂ ਦਾਰੂ ਲੈਣ ਚੱਲੇ ਆ, ਜੇ ਕਿਤੇ ਸਾਡਾ ਪੈਕ ਪੈਕ ਲੱਗਾ ਹੁੰਦਾ ਨਾ, ਤੂੰ ਬਾਬਾ ਹੁਣ ਨੂੰ ਕਿਤੇ ਪੀਜੀਆਈ ਬੈੱਡ ਨੂੰ ਲੱਗਾ ਹੋਣਾ ਸੀ। ਥੋੜਾ ਗਾਹਾਂ ਜਾ ਕੇ ਦੇਖ ਲੈਨੇ ਆ, ਸ਼ਾਇਦ ਕਿਤੇ 100% ਆਫ ਲੱਗਿਆ ਹੋਵੇ। ਡੈਡੀ ਮਾਲ 'ਚ ਸੇਲ ਲੱਗੀ ਹੈ, ਲੰਗਰ ਨਹੀਂ ਲੱਗਿਆ। ਉਹ ਤੁਹਾਨੂੰ ਕੀ ਲੋੜ ਸੀ ਬਕਵਾਸ ਕਰਨ ਦੀ ਮੇਰੇ ਡੈਡੀ ਜੀ ਨਾਲ? ਬਕਵਾਸ ਦੀ ਵੋਣੀ ਤਾਂ ਤੂੰ ਕੀਤੀ ਸੀ ਉੱਥੇ ਨਾ, ਪਰ ਮੈਨੂੰ ਕੀ ਪਤਾ ਸੀ ਮੇਰਾ ਸਹੁਰਾ ਨਿਕਲੇਗਾ ਉਹ, ਤੇ ਅਸੀਂ ਰਾਸ਼ਨ ਕਾਰਡ ਦੇਖ ਕੇ ਬਕਵਾਸ ਸ਼ੁਰੂ ਕਰਦੇ ਹੁੰਦੇ ਆ। ਫਿਲਮ ਦਾ ਟ੍ਰੇਲਰ ਦੇਖ ਕੇ ਪਤਾ ਲੱਗਦਾ ਕਿ ਜੀ ਫਿਲਮ ਦੇ ਵਿੱਚ ਇੱਕ ਪੇਂਡੂ ਨੌਜਵਾਨ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਕਿ ਕਿਵੇਂ ਉਸਦਾ ਵਿਆਹ ਨਹੀਂ ਹੁੰਦਾ ਅਤੇ ਜਦੋਂ ਵਿਆਹ ਹੋਣ ਲੱਗਦਾ ਤੇ ਕੀ ਅੜਚਣਾ ਪੈਂਦੀਆਂ ਨੇ। ਇਹ ਹੁਣ ਅੜਚਣਾ ਕੀ ਨੇ ਇਹ ਤਾਂ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਡਾਕਟਰ ਸਾਹਿਬ, ਰਾਤੋ ਰਾਤ ਮੇਰੀ ਅੱਖਾਂ ਚਲੀਆਂ ਗਈਆਂ, ਹੋਰ ਦੋ ਦਿਨਾਂ ਨੂੰ ਮੇਰਾ ਵਿਆਹ ਹੈ, ਜੇ ਮਰਜ਼ੀ ਬਸ ਮੇਰੀ ਅੱਖਾਂ ਠੀਕ ਕਰੋ। ਓਏ ਖੜ ਜਾ ਖੜ ਜਾ, ਓ ਬਹਿ ਜਾ। ਵੈਸੇ ਹੀ ਕਿਹਾ ਵੀ ਡਾਕਟਰ ਸਾਹਿਬ ਹੈ ਨਹੀਂ, ਕਿਹਦੇ ਹੱਥ ਜੋੜੀ ਜਾਣਾ। ਕੀ ਸਾਰੇ ਕਹਿਣਗੇ ਵਧਾਈਆਂ ਜੀ ਵਧਾਈਆਂ, ਲੋਕੀ ਸਾਰੇ ਕਹਿਣਗੇ ਵਧਾਈਆਂ ਜੀ ਵਧਾਈਆਂ, ਸਾਨੂੰ ਸਾਰੇ ਕਹਿਣਗੇ ਵਧਾਈਆਂ ਜੀ ਵਧਾਈਆਂ। ਉੱਠਦੇ ਨਹੀਂ ਹੁਣ ਦਿਸ ਰਿਹਾ। ਫਿਲਮ ਦੇ 2 ਮਿੰਟ ਦੇ ਟ੍ਰੇਲਰ ਦੇਖ ਕੇ ਉਹਨੂੰ ਤਾਂ ਪਤਾ ਲੱਗਦਾ ਕਿ ਫਿਲਮ ਜੀ ਪੂਰੀ ਹਾਸਿਆਂ ਨਾਲ ਭਰੀ ਹੋਈ ਆ, ਪਰ ਇਸ ਦੇ ਵਿੱਚ ਹੋਰ ਕੀ ਪਾਇਆ ਗਿਆ ਇਹ ਤਾਂ ਜੀ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਅਤੇ ਜਾਣਨ ਲਈ ਆਪਾਂ ਚੱਲਦੇ ਹਾਂ ਥੀਏਟਰ ਦੇ ਬਾਹਰ ਅਤੇ ਜਾਣਦੇ ਹਾਂ ਦਰਸ਼ਕਾਂ ਦੇ ਰਿਵਿਊ ਕਿ ਉਹਨਾਂ ਨੂੰ ਇਹ ਫਿਲਮ ਕਿੱਦਾਂ ਦੀ ਲੱਗੀ ਅਤੇ 10 ਵਿੱਚੋਂ ਇਹ ਫਿਲਮ ਨੂੰ ਕਿੰਨੇ ਨੰਬਰ ਦੇ। ਕਿਹੜੀ ਮੂਵੀ ਦੇਖ ਕੇ ਅੱਜ? ਸਰ ਵਧਾਈਆਂ ਜੀ ਵਧਾਈਆਂ। ਕਿੱਦਾਂ ਲੱਗੀ? ਵਧੀਆ ਜੀ। ਇਹਦੀ ਐਕਟਿੰਗ ਜ਼ਿਆਦਾ ਵਧੀਆ ਲੱਗੀ, ਕਮੇਡੀ ਕਿੱਦਾਂ ਦੀ? ਕਰਮਜੀਤ ਅਨਮੋਲ ਦੀ ਵਧੀਆ ਜੀ। ਤੇ ਬਿਨੂ ਢਿੱਲੋਂ ਦੀ ਐਕਟਿੰਗ ਕਿੱਦਾਂ ਲੱਗੀ? ਬਹੁਤ ਬਹੁਤ ਅੱਛੀ ਹੈ, ਸਭ ਤੋਂ ਜ਼ਿਆਦਾ ਉਹਦੀ ਐਕਟਿੰਗ ਅੱਛੀ ਹੈ ਉਸ ਮੂਵੀ, ਇੱਕਦਮ ਐਂਟਰਟੇਨਿੰਗ ਮੂਵੀ ਹੈ, ਬਹੁਤ ਵਧੀਆ ਮੂਵੀ, ਹਾਸੇ ਵਾਲੀ ਮੂਵੀ ਹੈ ਜੀ, ਸ਼ੁਰੂ ਤੋਂ ਲੈ ਕੇ ਐਂਡ ਤੱਕ ਹੱਸਦੇ ਹੀ ਰਹੇ ਜੀ। ਤੇ ਕਰਮਜੀਤ ਅਨਮੋਲ ਤੇ ਬਿਨੂ ਢਿੱਲੋਂ ਨਾਲ ਫਿਰ ਕਿਹਦੀ ਜਗ੍ਹਾ? ਬਿਨੂ ਢਿੱਲੋਂ ਨੇ ਤਾਂ ਹੱਥ ਕੀਤੀ ਹੋਈ ਜੀ ਐਨ ਪੂਰੀ ਪੂਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਮੂਵੀ ਦੇ ਵਿੱਚ ਜੀ। ਮੈਂ ਕਹਿੰਦਾ ਸਾਰੇ ਪਰਿਵਾਰ ਦੇ ਨਾਲ ਲੋਕਾਂ ਨੂੰ ਵੀ ਸੁਜੈਸਟ ਕਰਾਂਗਾ ਕਿ ਆ ਕੇ ਮੂਵੀ ਦੇਖਣ ਜੀ ਇਹ।
ਪਹਿਲਾਂ ਇੱਕ ਵੇਖ ਬਰਾਤਾਂ ਚੱਲੀ ਵੀ ਇਹਨਾਂ ਦੀ ਆਈ ਸੀ ਸੇਮ ਕਨਸੈਪਟ ਲੈ ਕੇ ਆ ਉਹਦੇ ਨਾਲ ਤੁਸੀਂ ਦੇਖੀਏ ਪਹਿਲਾਂ ਉਹ ਗੱਲ ਵੇਖ ਬਰਾਤਾਂ ਚੱਲੀ ਨਾਲ ਆਹ ਜਿਹੜੀ ਫਿਲਮ ਹੈ ਇਹਨੇ ਹੱਥ ਕੀਤਾ ਪਿਆ ਜੀ ਐਨ ਪੂਰਾ ਪੂਰਾ ਜੀ ਤੇ ਕਮੇਡੀ ਜ਼ਿਆਦਾ ਕਿ ਬਿਨੋ ਢਿੱਲੋਂ ਵੀ ਵੈਰੀ ਗੁੱਡ ਐਕਟਿੰਗ ਤੇ ਪਹਿਲੀ ਮੂਵੀ ਜਿਹੜੀ ਵੇਖ ਬਰਾਤਾਂ ਚੱਲੀ ਉਹਦੇ ਨਾਲ ਕਿੰਨਾ ਫਰਕ ਆ ਬਹੁਤ ਅੱਛੀ ਆ ਸਰ ਕੈਰੀਓ ਜੱਟਾ ਸੀ ਵੀ ਬੈਟਰ ਪਿਕਚਰ ਹੈ ਪਹਿਲੀ ਮੂਵੀ ਤੇਰੇ ਚ ਕਰਮਕਾਂਡ ਦਿਖਾਇਆ ਗਿਆ ਕਿ ਕੁਝ ਹੋਰ ਡਿਫਰੈਂਟ ਆ ਹਾਂ ਖਾਸਾ ਡਿਫਰੈਂਟ ਹੈ ਜੀ ਬਹੁਤ ਵਧੀਆ ਲੱਗੀ ਕਾਮੇਡੀ ਸੋ ਨਾਈਸ ਥੈਂਕ ਯੂ ਬਧਾਈਆਂ ਜੀ ਹਾਂਜੀ ਸਰ ਬਹੁਤ ਕਿੰਨੀ ਕੁ ਵਧਾਈਆਂ ਹੋ ਗਈਆਂ ਬਹੁਤ ਜ਼ਿਆਦਾ ਇਦਾਂ ਬਿੰਨੂ ਦੀ ਤੇ ਅਨਮੋਲ ਦੀ ਐਕਟਿੰਗ ਤੋਂ ਬਿਨਾਂ ਹੋਰ ਵੀ ਕਿਸੇ ਨੇ ਪੂਰਾ ਸਾਇਆ ਜਸਵਿੰਦਰ ਭੱਲੋਨੀ ਵੀ ਨੇ ਵਿੱਚ ਹਾਂਜੀ ਸਾਰਿਆਂ ਨੇ ਬਹੁਤ ਵਧੀਆ ਕੀਤਾ ਹਾਂਜੀ ਕਿੱਦਾਂ ਲੱਗੀ ਫਿਰ ਬਿੰਨੂ ਦੀ ਮੂਵੀ ਤੇ ਵਧਾਈਆਂ ਹੋ ਗਈਆਂ ਬਹੁਤ ਜੀ ਬਹੁਤ ਵਧੀਆ ਹੋ ਗਈਆਂ ਬਹੁਤ ਕੈਨ ਮੂਵੀ ਤੇ ਸਾਰੇ ਐਕਟਰ ਵਿੱਚ ਗੀਆਂ ਸ਼ਰਮਾ ਵੀ ਨੇ ਜਸਵਿੰਦਰ ਭੱਲਾ ਜੀ ਉਹਨਾਂ ਨੇ ਕਿਹਨਾਂ ਦੀ ਐਕਟਿੰਗ ਫਿਰ ਕਮੇਡੀ ਜ਼ਿਆਦਾ ਕਰ ਲਈ ਸਭ ਤੋਂ ਇਹ ਐਕਟਿੰਗ ਬਿੰਨੂ ਢਿੱਲੋਂ ਦੀ ਵੀ ਹੈ ਸਭ ਤੋਂ ਵਧੀਆ ਰੋਲ ਕੀਤਾ ਉਹਨਾਂ ਨੇ ਗੁਰਪ੍ਰੀਤ ਕੁਗ ਦੀ ਐਕਟਿੰਗ ਵਧੀਆ ਸੀਗੀ ਪਰ ਬਿੰਨੂ ਢਿੱਲੋਂ ਦੀ ਬਹੁਤ ਜ਼ਿਆਦਾ ਵਧੀਆ ਸੀ ਇਹਨਾਂ ਦੀ ਪਹਿਲੀ ਫਿਲਮ ਵੀ ਆਈ ਸੀ ਜਿਹੜੀ ਵੇਖ ਬਰਾਤਾਂ ਚੱਲੀ ਆ ਉਹ ਵੀ ਇੱਕ ਵਿਆਹ ਦੇ ਕਨਸੈਪਟ ਦੀ ਸੀਗੀ ਉਹਦੇ ਤੇ ਇਹਦੇ ਵਿੱਚ ਕੀ ਫਰਕ ਆ ਉਹ ਇਹਦੇ ਨਾਲ ਜ਼ਿਆਦਾ ਵਧੀਆ ਉਹਦੇ ਨਾਲੋਂ ਇਹ ਬਹੁਤ ਸੋਹਣੀ ਮੂਵੀ ਹੈ ਇਹਦੇ ਵਿੱਚ ਟੋਟਲ ਕਮੇਡੀ ਆ ਉਹ ਥੋੜ੍ਹੀ ਜਿਹੀ ਇੰਨੀ ਵਧੀਆ ਨਹੀਂ ਸੀ ਇਹ 'ਚ ਬਹੁਤ ਜ਼ਿਆਦਾ ਕਮੇਡੀ ਆ ਮਤਲਬ ਬਹੁਤ ਵਧੀਆ ਪੂਰੇ ਪੈਸੇ ਵਾਪਸ ਆ ਗਏ ਹਾਂਜੀ ਹਾਂਜੀ ਪੂਰੇ ਪੈਸੇ ਵਸੂਲ ਲਊਗਾ ਤੈਨ ਠੋਕ ਤੇ ਸੀ 26 ਗੱਲ ਬਣ ਗਈ ਉਹ ਮੁੰਡੇ ਨਿੱਤ ਰਹਿਣ ਲੜ ਦੇ ਵੀ ਤੇਰੇ ਨਾਲ ਮੇਰੀ ਕਾਂਦੀ ਅੱਖ ਲੜ ਗਈ ਮੁੰਡੇ ਨਿੱਤ ਰਹਿਣ ਲੜ ਦੇ ਵੀ ਤੇਰੇ ਨਾਲ ਮੇਰੀ ਕਾਂਦੀ ਅੱਖ ਲੜ ਗਈ ਮੁੰਡੇ ਨਿੱਤ ਰਹਿਣ ਲੜ ਦੇ ਵੀ ਤੇਰੇ ਨਾਲ ਮੇਰੀ ਕਾਂਦੀ ਅੱਖ ਲੜ ਗਈ ਜੀ ਸਿਰ ਕਿੰਨੇ ਨੇ ਬੜਾ 10 ਵਿੱਚੋਂ 10 ਵਿੱਚ 10 ਹੈ ਸਰ 10 ਦੇ ਵਿੱਚੋਂ ਦਊਂਗਾ ਮੈਂ 8 9 ਦੱਸਾਂ ਜੋ ਮੈਂ ਕਹਿੰਦਾ 11 ਲੈ ਲਈ ਤੁਸੀਂ ਭਾਵੇਂ 5 ਸਟਾਰ ਸਰ ਥੈਂਕ ਯੂ ਫਿਲਮ ਨੂੰ 5 ਸਟਾਰ 5 ਆਊਟ ਆਫ 5 ਤੁਹਾਡੇ ਵੱਲੋਂ 10 ਵਿੱਚੋਂ 10 ਚੋਂ 10 ਹੀ ਥੈਂਕ ਯੂ ਜੇਕਰ ਹੁਣ ਦੂਜੀ ਫਿਲਮ ਵਧਾਈਆਂ ਜੀ ਵਧਾਈਆਂ ਦੀ ਗੱਲ ਕਰੀਏ ਤਾਂ ਦਰਸ਼ਕਾਂ ਵੱਲੋਂ ਬਿਨੂ ਢਿੱਲੋਂ ਕਰਮਜੀਤ ਮੋਲ ਗੁਰਪ੍ਰੀਤ ਘੁੱਗੀ ਬੀਐਨ ਸ਼ਰਮਾ ਸਾਰਿਆਂ ਦੀ ਐਕਟਿੰਗ ਆ ਜਿਹੜੀ ਕਮੇਡੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਦਰਸ਼ਕਾਂ ਵੱਲੋਂ ਜਿਹੜੇ 10 ਵਿੱਚੋਂ ਜਿਹੜੇ 9 ਨੰਬਰ ਇਸ ਫਿਲਮ ਨੂੰ ਦਿੱਤੇ ਜਾ ਰਹੇ ਨੇ ਇਸ ਤੋਂ ਪਹਿਲਾਂ ਵੀ ਭਾਵੇਂ ਉਹਨੇ ਵੇਖ ਬਰਾਤਾਂ ਫਿਲਮ ਜਿਹੜੀ ਬਣਾਈ ਸੀ ਉਹ ਵਿਆਹ ਦੇ ਕਨਸੈਪਟ ਨੂੰ ਲੈ ਕੇ ਸੀ ਪਰ ਇਸ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਡਿਫਰੈਂਟ ਕੀਤਾ ਗਿਆ ਅਤੇ ਸਾਰਿਆਂ ਨੂੰ ਇਹ ਫਿਲਮ ਹੋਪ ਆ ਚੰਗੀ ਲੱਗੂਗੀ ਅਤੇ ਤੁਹਾਨੂੰ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ ਅਤੇ ਸਾਨੂੰ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਸਿੱਖ ਟੀਵੀ ਸਤਿ ਸ਼੍ਰੀ ਅਕਾਲ ਡੱਟ ਕੇ